ਬੋਲੀ ਪੜ੍ਹਦੇ ਹਾਂਗੇ ਦੇਸੀ ਭਾਸ਼ਾ 'ਚ, ਇਹ ਸਾਨੂੰ ਵਾਪਸ ਲੈਣੇ ਆਉਂਦੇ ਹਾਂ। ਇਹ ਕਹਿੰਦੇ ਤੇ ਨੌਜਵਾਨ ਬਾਹਰ ਚਲੇ ਗਏ, ਜਿਹੜੇ ਉਰੇ ਵਾਲੇ ਆ ਉਹ ਖਤਮ ਹੋ ਗਏ ਨਸ਼ਿਆਂ 'ਚ। ਹੁਣ ਪਤਾ ਲੱਗ ਗਿਆ ਨਾ ਜਦੋਂ ਇੱਕ ਮੁੱਦੇ ਪਰ ਆ ਕੇ ਇਕੱਠੇ ਹੋਏ ਆ ਵੀ ਜੇ ਇਹ ਵਾਪਸ ਨਾ ਲਏ ਨੇ, ਅੱਜ ਤੱਕ ਆਰਡੀਨੈਂਸ ਕਹਿੰਦੇ ਵਾਪਸ ਨਹੀਂ ਹੁੰਦੇ ਹੁੰਦੇ, ਪਰ ਜੇ ਵਾਪਸ ਨਹੀਂ ਹੁੰਦੇ ਤਾਂ ਅਸੀਂ ਵੀ ਨਹੀਂ ਉਰੇ 'ਤੇ ਜਾਂਦੇ। ਜੇਕਰ ਅਮੈਂਡਮੈਂਟ ਕੀਤੀ ਜਾਵੇ ਬਿੱਲ ਵਿੱਚ, ਕਿਉਂਕਿ ਰਾਤ ਵੀ ਬੀਤੀ, ਰਾਤ ਹੀ ਜਾਣੀ ਐਕਚੁਅਲ 'ਚ ਕਰ ਤਾਂ ਸਕਦੇ ਹਾਂ, ਪਰ ਸਾਡੇ ਜਿਹੜੇ ਆਗੂ ਆ ਉਹ ਕਹਿੰਦੇ ਅਸੀਂ ਕਰਾਉਣੇ ਨਹੀਂ, ਅਸੀਂ ਤਾਂ ਵਾਪਸ ਕਰਾਉਣੇ। ਉਹ ਕਹਿੰਦੇ ਅਸੀਂ ਕਰ ਸਕਦੇ ਹਾਂ, ਪਰ ਉਹ ਜਿਹੜੇ ਆਗੂਆਂ ਦਾ ਫੈਸਲਾ ਵੀ ਅਸੀਂ ਰਾਤ ਵੀ ਆਗੂ ਇਸੇ ਗੱਲ 'ਤੇ ਅੜੇ ਕਿ ਅਸੀਂ ਜਿਹੜੇ ਬਿੱਲ ਨੇ ਉਹ ਅਸੀਂ ਵਾਪਸ ਕਰਾਉਣੇ, ਅਸੀਂ ਉਹਨਾਂ ਨੂੰ ਅਮੈਂਡਮੈਂਟ ਨਹੀਂ ਚਾਹੁੰਦੇ। ਨਹੀਂ ਸਹੀ ਹੈ, ਜੋ ਉਹਨਾਂ ਨੇ ਆਗੂਆਂ ਦੇ ਪਿੱਛੇ ਅੱਗੇ ਉਹ ਹੈ ਪਿੱਛੇ ਅਸੀਂ ਹਾਂ, ਹੋਸ਼ ਉਹਨਾਂ ਦਾ ਜੋ ਸ਼ਾਇਦ ਜਦ ਤੱਕ ਇਹ ਕਰਦੇ ਨਹੀਂ ਅਸੀਂ ਮੁੜਦੇ ਨਹੀਂ। ਭਾਈ ਇੱਕ ਨੈਸ਼ਨਲ ਮੀਡੀਆ ਵੱਲੋਂ ਵੀ ਬਹੁਤ ਗਲਤ ਜਿਹੜੀਆਂ ਚੀਜ਼ਾਂ ਦਿਖਾਈ ਜਾ ਰਹੀਆਂ ਨੇ, ਕਹਿ ਰਹੇ ਨੇ ਖਾਲਿਸਤਾਨੀ ਬੈਠੇ ਨੇ ਇੱਥੇ, ਖਾਲਿਸਤਾਨੀ ਨਾਅਰੇ ਲੱਗ ਰਹੇ ਨੇ, ਉਹਦੇ ਤੁਸੀਂ ਕਿਵੇਂ ਦੇਖ ਰਹੇ ਹੋ? ਭਾਜੀ ਖਾਲਿਸਤਾਨ ਨਾਅਰਾ ਲੈਣਾ ਗਲਤ ਤਾਂ ਹੈ ਨਹੀਂ, ਪਰ ਸਾਡੇ ਆਗੂਆਂ ਨੇ ਮਨਾ ਕਰਤਾ ਵੀ ਇਹ ਗਲਤ ਜਿਸਾ ਵੱਲ ਲੈ ਕੇ ਜਾ ਰਹੇ ਹਾਂ। ਖਾਲਿਸਤਾਨ ਦੀ ਮੰਗ ਹਾਈ ਕੋਰਟ ਨੇ ਕੋਈ ਨਜਾਇਜ਼ ਨਹੀਂ ਦੱਸਿਆ, ਅਸੀਂ ਲਾ ਸਕਦੇ ਹਾਂ, ਉਹ ਸਾਡਾ ਹੱਕ ਹੈ, ਬਟ ਅਸੀਂ ਆਗੂਆਂ ਨੇ ਮਨਾ ਕਰਤਾ ਤਾਂ ਨਹੀਂ ਲਾਵਾਂਗੇ, ਕਿਉਂਕਿ ਇਹ ਸਾਡੀ ਮੂਵਮੈਂਟ ਨਾਲ ਜੋੜ ਰਹੇ ਹਾਂ, ਖਾਲਿਸਤਾਨ ਦੇ ਨਾਲ ਜੋੜ ਰਹੇ ਹਾਂ ਇਸ ਨੂੰ, ਕਿਉਂਕਿ ਅੱਤਵਾਦੀ ਅਤੇ ਵੱਖਵਾਦੀ ਜਦੋਂ ਤਾਂ ਅਸੀਂ ਉਰੇ ਬੈਠੇ ਹਾਂ, ਫਿਰ ਤਾਂ ਅਸੀਂ ਵੱਖਵਾਦੀ ਅੱਤਵਾਦੀ ਹੋ ਗਏ, ਜਦੋਂ ਸਾਡੇ ਨਾਲ ਦੇ ਨੌਜਵਾਨ ਬਾਰਡਰਾਂ 'ਤੇ ਮਰਦੇ ਹਾਂ ਉਦੋਂ ਅਸੀਂ ਹਿੰਦੁਸਤਾਨੀ ਹੋ ਗਏ। ਇਹ ਫਰਕ ਹੈ ਨਾ, ਸਾਡੇ ਨਾਲ ਦੋਹਰੀ ਰਣਨੀਤੀ ਕਿਉਂ ਬਣਾਉਂਦੇ ਹਾਂ ਜਦੋਂ ਆਪਾਂ ਇੱਕ ਘਰ ਦੇ ਵਿੱਚ ਰਹਿੰਦੇ ਹਾਂ? ਖਾਲਿਸਤਾਨ ਦੀ ਅੱਜ ਮੰਗ ਉੱਠ ਵੀ ਰਹੀ ਹੈ ਪੰਜਾਬ 'ਚੋਂ, ਤਾਂ ਕਿਉਂ ਉੱਠ ਰਹੀ? ਕਿਉਂਕਿ ਸਾਡੇ ਨਾਲ ਵੱਖਵਾਦੀ ਵਤੀਰਾ ਕੀਤਾ ਜਾ ਰਿਹਾ, ਅਸੀਂ ਉਰੇ ਬੈਠੇ ਹਾਂ, ਸਾਨੂੰ ਦੱਸ ਰਹੇ ਅੱਤਵਾਦੀ ਖਾਲਿਸਤਾਨੀ ਬੈਠੇ ਹੈ, ਇਹ ਮੂਵਮੈਂਟ ਦਾ ਇਹ ਹੋ ਰਿਹਾ, ਉਹ ਹੋ ਰਿਹਾ। ਅਸੀਂ ਸਾਰੇ ਦੇਸੀ ਜੱਟਾਂ ਦੇ ਮੁੰਡੇ ਹਾਂ, ਘਰਾਂ ਤੋਂ ਦੇਸੀ ਨੂੰ ਬਿਲੋਂਗ ਕਰਦੇ ਹਾਂ, ਸਾਨੂੰ ਇਸ ਟਾਈਮ ਸਿਰਫ ਆਪਣੇ ਜਿਹੜੇ ਬਿਲਾਂ ਵਾਪਸ ਕਰਾਉਣ ਆਏ ਹਾਂ, ਕਰਾ ਕੇ ਹੀ ਵਾਪਸ ਜਾਣਾ। ਜੀ ਬਿਲਕੁਲ, ਇਹ ਸਾਡੇ ਨਾਲ ਨੌਜਵਾਨ ਪੀੜ੍ਹੀ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਅਸੀਂ ਜਿਹੜੇ ਇੱਥੇ ਹਾਂ, ਅਸੀਂ ਇਹ ਕਿਸਾਨੀ ਸੰਘਰਸ਼ ਦੇ ਵਿੱਚ ਡਟੇ ਹਾਂ।